ਲਓ ਜੀ ਮੈਂ ਜਿਤਨਾ ਪੜ੍ਹਿਆ ਮੈਂ ਭਾਈ ਜਾਨ ਪੜ੍ਹਦਾ ਤੇ ਮੈਂ ਅੱਜ ਉਹ ਲਕੀਰ ਦੇ ਫਕੀਰ ਹੁੰਦੇ ਨੇ ਅਬ ਜੋ ਕੁਝ ਇੱਕ ਰਵਾਇਤੀ ਸਿਲਸਿਲਾ ਉਸ ਨਾਲੋਂ ਮੈਂ ਥੋੜ੍ਹਾ ਜਿਹਾ ਮੁਖ ਵੈਸੇ ਮੈਂ ਲਕੀਰ ਦਾ ਫਕੀਰ ਹਾਂ ਵੈਸੇ ਅਸੀਂ ਸਾਰੇ ਹੀ ਲਕੀਰ ਦੇ ਫਕੀਰ ਹਾਂ ਲਕੀਰ ਆਮ ਨਹੀਂ ਬਾਬਾ ਤਨਵੀਰ ਸ਼ਾਹ ਜਿਹੜੀ ਕਾਬੇ ਚ ਆਈ ਕੂੜਿਆ ਤੇਰੇ ਕੋਲ ਲਕੀਰ ਨਹੀਂ ਮਿਟਦੀ ਲਕੀਰ ਵਾਲਾ ਅਲੀ ਕਿਵੇਂ ਮਿਟਾ ਜਿਹਦੇ ਅਲੀ ਦੀ ਅਜੇ ਅਜਿਆ ਬਾਈ ਕਿਆ ਬਾਤ ਹੈ ਅੱਜ ਤੁਸੀਂ ਅੱਜ ਖਿਲਰ ਕੇਂਜ ਬੈਠੇ ਹੋ ਮੈਂ ਤੁਹਾਡਾ ਪ੍ਰੋਗਰਾਮ ਹੈ ਸ਼ੁਮਾਰੀ ਵਾਲੇ ਪੜ੍ਹਦੇ ਜਾਣਾ ਸਤਾਰੀਆਂ ਪੱਟ ਜਾਣਾ ਅੱਜ ਤਕਸੀਮ ਹੋ ਕੇ ਬੈਠੇ ਹੋ ਔਰ ਸਿਰ ਨੀਵੇਂ ਨਾ ਕੀਤਾ ਕਰੋ ਖੁਦਾ ਦਾ ਨਾ ਜੇ ਅਲੀ ਪੀਰ ਹੀ ਇਸ ਵਾਸਤੇ ਮੰਨਿਆ ਸਰ ਉੱਚਾ ਰਵੇ ਮੈਂ ਪਿਛਲੇ ਸਾਲ ਵੀ ਗੁਜ਼ਾਰਿਸ਼ ਕੀਤੀ ਆਈ ਨਾ ਫਰਾਦੇਦਾਰ ਪੇ ਮੀਸਮ ਬਿਆਨ ਦੇਤੇ ਹੈ ਰਹੇਗਾ ਨਾਮੀ ਅਲੀ ਹਮ ਜ਼ੁਬਾਨ ਦੇਤੇ ਹੈ ਬਗੈਰ ਨਾਮੀ ਅਲੀ ਜੋ ਅਜ਼ਾਨ ਦੇਤੇ ਹੈ ਖੁਦਾ ਕੇ ਘਰ ਮੇਂ ਵੋ ਝੂਠਾ ਬਿਆਨ ਦੇਤੇ ਹੈ ਅਖਤਰ ਸ਼ਾਹ ਬੈਠਾ ਹੈ ਜਿਹਦਾ ਨਾਂ ਹੀ ਅਖਤਰ ਹੋਵੇ ਤੇ ਅਖਤਰ ਤੇ ਹੁਸੈਨ ਹੁਸੈਨ ਕਾ ਸਿਤਾਰਾ ਨਾਰਾ ਹੈ ਦਰੀ ਏਡੇ ਨੂਰਾਨੀ ਚਿਹਰੇ ਵਾਲੇ ਮੋਮਨ ਤੇ ਚੁੱਪ ਕਰਕੇ ਬੈਠੇ ਲਓ ਜੀ ਭਾਈ ਜਾਨ ਇੱਕ ਜੁਮਲਾ ਮੈਂ ਮਾਲਕਾਂ ਨੇ ਮੈਨੂੰ ਕਰਮ ਕੀਤਾ ਉਸਦੀ ਮੈਂ ਤਰਤੀਬ ਬਣਾਈ ਹੁਣ ਤਰਤੀਬ ਮੈਂ ਤੁਹਾਨੂੰ ਸੁਣਾਉਣੀ ਵੀ ਜਿਹੜਾ ਅੱਲਾਹ ਦੇ ਹਾਂ ਦੀਨ ਇਸਲਾਮ ਹੈ ਨਾ ਅੱਲਾਹ ਦੇ ਹਾਂ ਚੱਲ ਤੁਹਾਡੇ ਨਾਲ ਮੈਂ ਇਸ ਵਾਸਤੇ ਮੈਂ ਮਿਸ਼ਬਿਲਾ ਕਰਾਂ ਭਾਈ ਕੋਈ ਬੰਦਾ ਵੀ ਨਾ ਇਸ ਇਸ਼ਕ ਦੀ ਨਮਾਜ਼ ਤੋਂ ਮਾਰੂਮ ਨਾ ਰਹਿ ਜਾਏ ਇਸ ਵਾਸਤੇ ਕੋਸ਼ਿਸ਼ ਵਰਨਾ ਜਿਹੜੀ ਤੁਸੀਂ ਦਾਤ ਦਿੰਦੇ ਹੋ ਨਾ ਨਾ ਤੇ ਇਸ ਦਾਤ ਦੀਆਂ ਸੇਵੀਆਂ ਬਣਦੀਆਂ ਨੇ ਮੈਂ ਪਤੀਲੀ ਦੁੱਧ ਵਾਲੀ ਛੱਡ ਕੇ ਖਾਣੀ ਹੁੰਦੀ ਹੈ ਤੇ ਨਾ ਇਹਦੇ ਨਾਲ ਕੋਈ ਛੱਤ ਪਾਉਂਦਾ ਨਹੀਂ ਦਾਤ ਵੀ ਤੁਹਾਡੀ ਮੁਹੱਬਤ ਦੇ ਇਜ਼ਹਾਰ ਦਾ ਇੱਕ ਜ਼ਰੀਆ ਜਦੋਂ ਪਾਕਾਂ ਦੇ ਫਜ਼ਾਇਲ ਬਿਆਨ ਹੁੰਦੇ ਨੇ ਮੋਮਨ ਖੁਸ਼ ਹੋਵੇ ਨਾ ਪਤਾ ਲੱਗਦਾ ਇਹਦਾ ਸ਼ਜਰਾ ਠੀਕ ਹੈ ਤੇ ਜਿਹੜਾ ਮੌਲਾ ਅਲੀ ਦੇ ਫਜ਼ਾਇਲ 'ਚ ਵੱਟ ਕਰ ਜਾਏ ਸਮਝ ਹੁੰਦਾ ਇਹਨੂੰ ਰਾਹ ਵਿੱਚੋਂ ਟਾਕੀ ਪੰਨਾ ਹੋਇਆ ਨਾਰਾਏ ਸੁਣਨੀ ਹੈ ਬਾਤ ਜ਼ਰਾ ਫਿਰ ਕਸੀਦਾ ਪੜ੍ਹਨੇ ਲਓ ਜੀ ਭਾਈ ਜਾਨ ਇਹ ਕੁਰਾਨ ਦੀ ਆਇਤ ਬਿਸਮਿਲ੍ਲਾ ਰਹਿਮਾਨ ਰਹੀਮ ਇਨਤ ਦੀ ਨਾ ਇੰਦ ਅੱਲਾਹ ਇਸਲਾਮ ਅੱਲਾਹ ਕੇ ਹਾਂ ਇਹ ਜਿਹੜਾ ਇੰਦ ਅੱਲਾ ਹੈ ਨਾ ਇਹਦਾ ਮੈਂ ਨਾ ਅੱਲਾਹ ਕੇ ਹਾਂ ਇਹਦੇ ਵਿੱਚ ਪਸੰਦੀਦਾ ਕੋਈ ਐਸਾ ਲਫ਼ਜ਼ ਨਹੀਂ ਜਿਹਦਾ ਤਰਜਮਾ ਪਸੰਦੀਦਾ ਹੋਵੇ ਪਸੰਦੀਦਾ ਜਿਹੜਾ ਨਾ ਲਫ਼ਜ਼ ਉਹਦੀ ਵੀ ਮੈਂ ਵਜ਼ਾਹਤ ਕਰ ਦੇਣਾ ਲਫ਼ਜ਼ ਪਸੰਦੀਦਾ ਵਾਸਤੇ ਕੁਰਾਨ ਮਜੀਦ ਵਿੱਚ ਤਰੇ ਲਫ਼ਜ਼ ਆਏ ਨੇ ਜਿਹਦਾ ਮਾਨਾ ਬਣਦਾ ਹੈ ਪਸੰਦੀਦਾ ਚੁਣਾ ਹੁਆ ਮੁੰਤਖਬ ਕੀਆ ਹੁਆ ਉਹ ਤਰੇ ਲਫ਼ਜ਼ ਨੂੰ ਇੱਕ ਲਫ਼ਜ਼ ਇਸਤੀਫਾ ਜਿਸ ਤੋਂ ਬਣਿਆ ਮੁਸਤਫਾ ਇੱਕ ਲਫ਼ਜ਼ ਇਰਤਜ਼ਾ ਜਿਸ ਤੋਂ ਬਣਿਆ ਮੁਰਤਜ਼ਾ ਇੱਕ ਲਫ਼ਜ਼ ਇਜਤਬਾ ਜਿਸ ਤੋਂ ਬਣਿਆ ਮੁਜਤਬਾ ਇਹ 14 ਦੇ 14 ਮੁਸਤਫਾ ਵੀ ਹਨ ਮੁਰਤਜ਼ਾ ਵੀ ਹਨ ਮੁਜਤਬਾ ਵੀ ਹਨ ਅੱਛਾ ਲੇਕਿਨ ਇਹਦੇ ਵਿੱਚ ਲਫ਼ਜ਼ ਇੰਦ ਅੱਲਾ ਅੱਲਾ ਕੇ ਹਾਂ ਇਨ ਦੀਨ ਬੇਸ਼ੱਕ ਅੱਲਾ ਕੇ ਹਾਂ ਜੋ ਦੀਨ ਹੈ ਵੋ ਇਸਲਾਮ ਹੈ ਹੁਣ ਫਕੀਰਾਂ ਦਾ ਤਰਜਮਾ ਕਰਾਂ ਅੱਲਾ ਕੇ ਹਾਂ ਜੋ ਦੀਨ ਹੈ ਇਸਲਾਮ ਹੈ ਦੀਨ ਮੌਲਾ ਹੁਸੈਨ ਦਾ ਨਾਂ ਹੈ ਇਸਲਾਮ ਮੇਰੇ ਪੀਰ ਅਲੀ ਦਾ ਨਾਂ ਹੈ ਇਹ ਇਨ ਅੱਲਾ ਦਾ ਮਾਨਾ ਬਣਿਆ ਹਾਂ ਅੱਲਾ ਕੇ ਅੱਲਾ ਕੇ ਅਦਨੀ ਸ਼ੁਮਾਰੀ ਵਾਲਿਆ ਤੇਰੇ ਕੋਲ ਕੀ ਏ ਇਸ ਨੂੰ ਅਦਨ ਸ਼ੁਮਾਰੀ ਵਾਲਾ ਤੇਰੇ ਹਾਂ ਕਿਆ ਹੈ ਇਹਦਾ ਮਤਲਬ ਹੈ ਅਲੀ ਤੇ ਹੁਸੈਨ ਅੱਲਾ ਦੇ ਕੋਲ ਦਾ ਨਾਮ ਹੈ ਇਸ ਕੋ ਕਹਤੇ ਹੈ ਮਾਇਤ ਤੌਹੀਦ ਆਦਨ ਸ਼ੁਮਾਰੀ ਵਾਲਾ ਅੱਲਾ ਨੂੰ ਅਲੀ ਨੂੰ ਅੱਲਾ ਨਾਲ ਮਿਲਾ ਦਿੰਦਾ ਮੇਰੇ ਤੇ ਬੜਾ ਹੀ ਸ਼ਿਕਵਾ ਹੈ ਸ਼ੁਮਾਰੀ ਵਾਲਾ ਐਸਾ ਤ੍ਰਿਖਾ ਜ਼ਾਕਰੇ ਅਲੀ ਨੂੰ ਅੱਲਾ ਨਾਲ ਮਿਲਾ ਦਿੰਦਾ ਉਹਨਾਂ ਨੂੰ ਸਮਝ ਨਹੀਂ ਆਈ ਮੈਂ ਆਖਿਆ ਅਲੀ ਨੂੰ ਮੰਨੀਏ ਨਾ ਅਲੀ ਅੱਲਾ ਨਾਲ ਮਿਲਾ ਦਿੰਦਾ ਯਾਰ ਮੈਂ ਹਰ ਬਾਤ ਦੀ ਵਜ਼ਾਹਤ ਪਿਆ ਕਰਨਾ ਫਿਰ ਵੀ ਤੁਸੀਂ ਮੈਂ ਨਲਾ ਕਰਨਾ ਮੰਨੋ ਸਿਆਲਕੋਟ ਵਾਲੇ ਤੁਹਾਡੀ ਮੌਜ ਏ ਮੌਲਾ ਅਲੀ ਦਾ ਇੱਕ ਲਕਬ ਅੱਜ ਵੀ ਮੈਂ ਨੂਰੋ ਸਕਲੈਨ ਵਿੱਚ ਪੜਦਾ ਹੈ ਮੌਲਾ ਅਲੀ ਦਾ ਇੱਕ ਮੇਰੇ ਸੋਹਣੇ ਇੱਕ ਲਕਬ ਏ ਵਜਹੁੱਲਾ ਕੀ ਲਕਬ ਏ ਬਾਈ ਕੋਈ ਇੱਕ ਬੰਦਾ ਬੋਲਿਆ ਵਜਹੁੱਲਾ ਦਾ ਮਾਨਾ ਕਿ ਅੱਲਾ ਕਾ ਚਿਹਰਾ ਤੇ ਚਿਹਰੇ ਨੂੰ ਪੰਜਾਬੀ ਵਿੱਚ ਕੀ ਆਦੇ ਨੇ ਮੂੰਹ ਤੇ ਕਿਸੇ ਦੀ ਪਹਿਚਾਣ ਕਰਨੀ ਵੀ ਤੇ ਗੋਡੇ ਵੇਖੀ ਦੇ ਨੇ ਕਿਸੇ ਦੀ ਪਹਿਚਾਣ ਕਰਨੀ ਵੀ ਤੇ ਕੰਡ ਵੇਖੀ ਦੀਏ ਪਹਿਚਾਣ ਹੁੰਦੀ ਹੈ ਮੂੰਹ ਨਾਲ ਤੇ ਫਿਰ ਸੁਣ ਲੈ ਤੌਹੀਦ ਦੇ ਮੂੰਹ ਦਾ ਨਾਮ ਅਲੀ ਹੈ ਗੋਇਆ ਤੌਹੀਦ ਦੀ ਪਹਿਚਾਣ ਦਾ ਨਾਮ ਅਲੀ ਅੱਜ ਜਿਹੜੀ ਮੈਂ ਸਪੀਡ 'ਚ ਤਕਰੀਰ ਕਰ ਰਿਹਾ ਨਾ ਇਹ ਭਾਈ ਰਿਆਜ਼ ਹੁਸੈਨ ਨਹੀਂ ਰੱਤੋ ਵਾਲੇ ਉਹਨਾਂ ਕਰਨੀ ਹੁੰਦੀ ਤਾਂ ਉਹਨਾਂ ਦੇ 2.5 ਘੰਟੇ ਲੱਗਣੇ ਆ ਮੈਂ ਸਪੀਡ ਨਾਲ ਚੁੱਕੇ ਪੜ੍ਹ ਰਿਹਾ ਡਿਊਟੀਆਂ 'ਚ ਜਾ ਕੇ ਅੱਛਾ ਜੀ ਜੁਮਲਾ ਸੁਣਨਾ ਉਹ ਜਿਹੜਾ ਅੱਲਾ ਦੇ ਹਾਂ ਦੀਨ ਇਸਲਾਮ ਹੈ ਨਾ ਜਿਹੜਾ ਅੱਲਾ ਦੇ ਹਾਂ ਦੀਨ ਇਸਲਾਮ ਹੈ ਉਹਦੇ ਦੋ ਸਤੂਨ ਹਨ ਦੋ ਥੰਮ ਹਨ
بلکہ لفظ بدل کے آکھا اللہ دا دین اسلام اینا دو چیزاں وچ مزمر ہے اینا تو باہر ہی نہیں او دو چیزاں کین سننا سیالکوٹ نے عدل تو سا میری ذاکری نال کرنا ہے اللہ دے دین دے دو ستون ہیں تھم اے بانس او پیچھے بانس دون اے وچ بانس کڑیے سائبان ڈھے پوندا ہے انجے دین اسلام دے تھلیوں اے دو تھم کڑیے دین ڈھے پوندا ہے او ستون ہیں کیڑے پہلے امام دا اقرار ہے بارہویں امام دا انتظار ہے بھائی جان میں سرکار دے ممبر تے ہاں بات حارت کرا بابا تنویر شاہ منو اس گلے دا نہیں پتا داڑی نکی ہوئے تے بندہ والوں دا یا وڈی ہوئے تے والوں میں جے وڈی داڑی وال ہون دی علامت ہے پھر سکھا دا مقابلہ کرے گا داڑیاں ایتھوں تائیں جی سکھا داڑیاں رکھی ہیں کہ نہیں جنہاں کینچی اس طرح نیڑے نہیں ہون دیتا لیکن خدا دی قسم بھائی جان او داڑیاں جنہاں وچ اقرار توحید نہیں عشق رسول نہیں محبت حسین نہیں ولایت علی نہیں ایسیاں داڑیاں دے متعلق سید عبدالحمید ادم دا ایک شعر ہے وہ آدھا ان گھنی داڑیوں پہ مت جانا یہ جراثیم ہیں گناہوں کے یہ داڑی آنیاں بابا تنویر شاہ داڑی والے جنت جانا تے مچھ والے دا کی بنے گا اب بڑے سانے سیانے بندے میں ویکھے نا لیکن ایک علامہ اقبال دی جتی جائے نہیں آ تہاڈے سی علامہ اقبال اج کل ساڈا ہے اقبال اودے ہی مومناں دا ہے اقبال انہاں دا ہوندا جنہاں دا پیر علی ہوئے علامہ اقبال دا ایک شعر سارے زمانے دیاں کتاباں ایک پاسے انہاں لکھیا نہیں بیان سر شہادت کی اگر تفسیر ہو جائے مسلمانوں کا قبلہ روضہ شبیر ہو جائے جی میں سرکار دے ممبر تے کھڑا میں نے تسا کر لیا جذباتی سید ہوندے ہی ہو جڑا ولایت علی نال جذباتی ہوئے ولایت علی ہے تے سید ہیں میں قرآن دی قسم چاہ کے نہ بابا تنویر شاہ اگر مولا علی نہ ہوندے اسی بھی چیمے ہی ہوندے اسی چٹھے ہوندے اسی گجر ہوندے ساڈی سیادت دی علامت ہے علی اپنی علامت نہیں بھولنی جنہاں دی علامت نشانی علی ہوے انہاں نوں ڈکھن پر بد جان دی نور کے لیے بچیا نعرہ ہائے علی اور یاد رکھو میں دلیل نال گل کرنا جڑا ولایت علی دا منکر سید ہوے یا دو نمبر ہے یا صدقہ کھا گیا او منے جی علی دا پتر ہے جویں نوح دا پتر ہے نوح دا پتر رڑیا نا جسے پتر نوح دا قرآن ہے رڑن لگ پیا نا تے ڈبکیاں لوے تے حضرت نوح دی شفقت پدری آڑے آ گئی رڑ دے پتر نوں ویکھے آخر پیو آ نا تے قرآن وچ حال حال کیتی حال حال سمجھ دیو جدوں اولاد رڑدی پئی ہے پیو حال حال کردا ہے جن چڑھدی تے پیو حال حال نہیں کردا رڑ دے پتر نوں ویکھے حضرت نوح آکھے اللہم ابنی من اہلی اے اللہ میرا بیٹا اللہ فرمایا لیسا من اہلک اب یہ تیرا بیٹا نہیں قرآن فارمولہ دیتا ہے نوح نو پتر چھڑ جائے پتر نہیں راندا سید علی نو چھڑ جائے سید بھی نہیں راندا آکھے علی ان ولی اللہ کتے لکھے مون آکھے میں کاظمی ہے کہ دودہ کاظمی علی ان ولی اللہ تے منفی بحث کریے مون کاظمی نہیں کاسبی ہے نعرہ ہے ڈیوٹی جو لائی ہے فقیر نے مولا علی علیہ السلام دا ہاتھ ناپ کے مان کن تو مولا فرما کے خطبہ غدیر ساڑھے ترے گھنٹے دا خطبہ اے کیوں نہیں پڑھ دے علماء پاک نبی فرمایا صحابہ جو حاضر ہو وہ سن لو جو غیر حاضر ہیں ان تک ان تک پہنچا دو یہ ولایت علی ہی تبلیغ ہے جڑا ذاکر یا واعظ ممبر تیا کے ولایت علی دی بات نہیں کردا اور ٹکر ٹھیک نہیں کھا رہا جڑا کام کرنا ہی وہ مخلص ہو جا شکسپیئر بھی آکھے نا جو کام تم کرتے ہو اس کام کے ساتھ مخلص ہو جاؤ کہ تاکہ کام تمہارے ساتھ مخلص ہو جائے نعرہ حیدری میں سرکار دے ممبر تے کھڑا قرآن دی آیت پڑھن لگا بھائی جان توجہ میں قصیدہ بالکل پہلے امام دا اقرار نہ کریے نماز نہیں ہوندی بارویں دا انتظار نہ کریے نماز تاں وی نہیں ہوندی انہیں کیے نماز کیے پہلے امام دا اقرار تے بارویں دا انتظار بھائی جان نماز عبادت ہے اقرار علی روح عبادت ہے
روزہ عبادت ہے، انتظار امام زمانہ روح عبادت ہے، روح نکل جائے تے شے مردہ ہوندی ہے، موئی ہوئی تے ککڑی دا بھی مول نہیں پہنچنا رہے. بیٹھے ہو. اچھا میں نے گل دسو، یہ جڑا پہلا امام ہے وہ تے ہے دادا، تے جڑا بارواں امام ہے وہ کی بنے؟ بولو تو غوث پاک دا واسطے کیوں چپ کر گئے؟ پہلا امام دادا، بارواں پوترا. پوترا پہلے ہوندا ہے کہ دادا؟